ਕੀ ਕਹੋਗੇ ਮੋਗਾ ਦੇ ਪ੍ਰਤਾਪ ਰੋਡ ਤੇ ਕਰਮਜੀਤ ਸਿੰਘ ਆ ਰਹੇ ਨੇ ਕੌਣ ਕੌਣ ਲੀਡਰ ਨਾਲ?
ਅੱਜ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਚੌਹਾਨ ਆ ਰਹੇ ਨੇ। ਜਿਵੇਂ ਜਿਵੇਂ ਸਾਡੇ ਮੋਗਾ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਸੀਐਮ ਸਾਹਿਬ ਆਪ ਆ ਰਹੇ ਨੇ ਤੇ ਲੋਕ ਆਪ ਆ ਰਹੇ ਆ ਰਹੇ ਨੇ, ਕਿੰਨੇ ਕਿੰਨੇ ਕੁ ਲੋਕ ਹੋਰ ਪਹੁੰਚਣ ਦੀ ਉਮੀਦ ਹੈਗੀ ਹੈ? ਔਰ ਕਰਾਂਗੇ ਤੁਹਾਨੂੰ ਉਹਨਾਂ ਕੋਈ ਲੀਡਰ ਵੀ ਆਏ ਫਿਲਹਾਲ ਸਾਡੇ ਸੀਐਮ ਸਾਹਿਬ ਆ ਰਹੇ ਨੇ ਔਰ ਲੋਕ ਆਪ ਮੁਹਾਰੇ ਆ ਰਹੇ ਨੇ। ਲੋਕਾਂ ਵਿੱਚ ਭਾਰੀ ਉਤਸ਼ਾਹ, ਤੁਸੀਂ ਇੱਕ ਵਾਰ ਕਹਿ ਕੇ ਘੁਮਾ ਕੇ ਦੇਖੋ, ਚਾਰ ਸਵੇਰੇ ਸੰਗਤੀ ਸੰਗਤ ਹੈ। ਇਹ ਉਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ, ਸਰਦਾਰ ਭਗਵੰਤ ਸਿੰਘ ਜੀ ਮਹਾਰਾਜ ਉਹਨਾਂ ਨੂੰ ਪਿਆਰ ਕਰਦੇ। ਬੀਬੀ ਭਗਵੰਤ ਸਿੰਘ ਮਾਨ ਥੋੜੀ ਦੇਰ ਵਿੱਚ ਬਾਅਦ ਰਹਿੰਦੇ ਸਾਡੇ ਨਾਲ ਮੌਜੂਦ ਨੇ। ਥੋੜੀ ਦੇਰ ਦੇ ਵਿੱਚ ਜਿਹੜਾ ਰੋਡ ਸ਼ੋਅ ਸ਼ੁਰੂ ਹੋਏਗਾ ਮੋਗਾ ਦੇ ਪ੍ਰਤਾਪ ਰੋਡ ਚੌਂਕ ਦੇ ਵਿੱਚ ਪਹੁੰਚੇਗਾ, ਉੱਥੇ ਭਗਵੰਤ ਮਾਨ ਸਿੰਘ ਭਗਵੰਤ ਮਾਨ ਜਿਹੜੇ ਨੇ ਉਹ ਸੰਬੋਧਨ ਕਰਨਗੇ ਸਾਡੇ ਨਾਲ। ਲਹਿਰੀ ਢੋਸ ਦਵਿੰਦਰ ਸਿੰਘ ਲਹਿਰੀ ਢੋਸ ਵਿਧਾਇਕ ਜਿਹੜੇ ਨੇ ਧਰਮਪੁਰ ਤੋਂ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਕਹਿਣਾ ਵਿਧਾਇਕ ਸਾਹਿਬ? ਤੁਹਾਡੇ ਨਾਲ ਗੱਲ ਕਰਾਂਗੇ, ਪ੍ਰਤਾਪ ਰੋਡ ਦੇ ਵਿੱਚ ਵੱਡਾ ਰੋਡ ਸ਼ੋਅ ਰੱਖਿਆ ਗਿਆ, ਭਗਵੰਤ ਮਾਨ ਪਹੁੰਚ ਰਹੇ ਨੇ, ਹੋਰ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਨੇ? ਕਲਾਕਾਰਾਂ ਦਾ ਮੈਨੂੰ ਪਤਾ ਨਹੀਂ ਜੀ ਕੌਣ ਕੌਣ ਪਹੁੰਚ ਰਿਹਾ, ਪਰ ਸਾਡੇ ਪੰਜਾਬੀਆਂ ਦੇ ਦਿਲਾਂ ਦੀ ਜਾਨ ਜਿਹੜੇ ਹੈਗੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਪਹੁੰਚ ਰਹੇ ਨੇ। ਅੱਜ ਲੋਕਾਂ ਦਾ ਉਤਸ਼ਾਹ ਵੇਖੋ, ਮੈਂ ਕਦੇ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਜਿਹਾ ਰੋਡ ਸ਼ੋਅ ਆ ਇੱਥੇ, ਐਡਾ ਵੱਡਾ ਉਤਸ਼ਾਹ ਮੈਂ ਕਦੇ ਲੋਕਾਂ ਦੇ ਵਿੱਚ ਨਹੀਂ ਦੇਖਿਆ। ਕੀ ਕਹੋਗੇ ਕਿ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ, ਕਿਉਂਕਿ ਹੁਣ ਜਿੱਥੇ ਵੀ ਕਰਕੇ ਆਏ ਨੇ ਉੱਥੇ ਵੀ ਕਾਫੀ ਰਸ਼ ਦੇਖਿਆ, ਇੱਥੇ ਵੀ ਕਾਫੀ। ਦੇਖੋ ਪੰਜਾਬ ਜਿਹੜਾ ਹੈਗਾ ਇਸ ਵਾਰ 13-0 ਕਰੂਗਾ, 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਜਿੱਤ ਰਹੀ ਹੈ। ਸੀਏਡੀ ਰਿਪੋਰਟਾਂ ਸਾਰੀਆਂ, ਇੰਟੈਲੀਜੈਂਸ ਰਿਪੋਰਟਾਂ ਸਾਰੀਆਂ 13-0 ਕਰ ਰਹੀਆਂ ਨੇ। ਹੋਰ ਕੀ ਕਹਿਣਾ ਚਾਹੋਗੇ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਲੋਕਾਂ ਨੂੰ ਤਾਂ ਇਹੀ ਬੇਨਤੀ ਕਰਦਾ ਕਿ ਜਿਵੇਂ ਸਾਡੇ ਕੇਜਰੀਵਾਲ ਸਾਹਿਬ ਨੂੰ ਜਿਵੇਂ ਅਸੀਂ ਇੱਕ ਨਾਰਾ ਦਿੱਤਾ ਕਿ ਜਿਹੜਾ ਜੁਰਮ ਦਾ ਜਵਾਬ ਵੋਟ ਦੇ ਨਾਲ, ਵਾਕਈ ਜਿਹੜਾ ਜੁਰਮ ਦਾ ਜਵਾਬ ਆ ਉਹ ਵੋਟ ਦੇ ਨਾਲ ਦੇਣਾ। ਅੱਜ ਪੰਜਾਬ ਦੇ ਵਿੱਚ ਬੜੀ ਵੱਡੀ ਹਵਾ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ, ਤੇ ਮੈਂ ਅਪੀਲ ਕਰਦਾ ਕਿ ਸਾਡੇ ਜਿਹੜੇ ਆ 2 ਸਾਲਾਂ ਦੇ ਜਿਹੜੇ ਕੰਮ ਨੇ ਇਹਨਾਂ ਨੂੰ ਵੇਖ ਕੇ ਵੋਟ ਦਿਓ। ਅਸੀਂ ਕੋਈ ਲਾਰਾ ਨਹੀਂ ਲਾਉਣਾ ਕਿ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ, ਅਸੀਂ ਆਪਦੇ ਕੰਮ ਤੇ ਵੋਟ ਮੰਗਦੇ ਹਾਂ। ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਜੇ 2 ਸਾਲਾਂ ਦੇ ਤੁਹਾਨੂੰ ਕੰਮ ਪਸੰਦ ਆਏ ਆ ਤੇ ਸਾਨੂੰ ਵੋਟ ਪਾਇਆ ਜੇ, 2 ਸਾਲਾਂ ਦੇ ਕੰਮ ਪਸੰਦ ਨਹੀਂ ਆਏ ਤਾਂ। ਅਗਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਰਮਜੀਤ ਰੰਗੋਲ ਦੇ ਕੰਡੈਟਿਵ ਅਗਰ ਗੱਲ ਕੀਤੀ ਜਾਵੇ ਅੰਸਰ ਆਇਆ ਸੀ ਮੈਦਾਨ ਦੇ ਵਿੱਚ ਵੀ, ਲੋਕਾਂ ਦਾ ਜਿਹੜਾ ਕਿਸਾਨਾਂ ਦਾ ਵਿਰੋਧ ਵੀ ਕਰ ਰਹੇ ਨੇ ਉਹ ਤੁਹਾਡੇ ਵੱਲੋਂ ਇੱਕ ਸ਼ਿਕਾਇਤ ਵੀ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ ਕਿ ਹੇਟ ਸਪੀਚ ਨੂੰ ਲੈ। ਦੇਖੋ ਜਿਵੇਂ ਦੂਜੇ ਕੈਂਡੀਡੇਟ ਨੇ, ਮੈਂ ਜੇ ਉਹਨਾਂ ਦੀ ਗੱਲ ਕਰਾਂ, ਕੋਈ ਵੀ ਕੈਂਡੀਡੇਟ ਅੱਜ ਤੌਰ ਦੇ ਵਿੱਚ ਨਹੀਂ, ਤੇ ਮੈਨੂੰ ਲੱਗਦਾ ਵਿਰੋਧ ਵੀ ਆਪਦਾ ਆਪ ਹੀ ਕਰਵਾ ਰਹੇ ਨੇ, ਸਿਰਫ ਹਾਈਲਾਈਟ ਹੋਣ ਦੇ ਮਾਰੇ। ਮੈਨੂੰ ਲੱਗਦਾ ਇਹ ਵੀ ਕੋਈ ਸਾਜਿਸ਼ ਆ ਜਿਹੜੀ ਬੀਜੇਪੀ ਦੀ, ਉਹ ਆਪ ਹੀ ਵਿਰੋਧ ਕਰਾ ਰਹੇ ਨੇ ਤੇ ਆਪ ਹਾਈਲਾਈਟ ਹੋਣ ਵਾਸਤੇ ਜਿਹੜਾ ਕੰਮ ਕਰ ਰਹੇ ਨੇ। ਕੋਈ ਵੀ ਜਿਹੜੇ, ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚ ਕੋਈ ਵੀ ਕਿਸੇ ਹੋਰ ਪਾਰਟੀ ਨੂੰ ਕੋਈ ਵੋਟ ਨਹੀਂ ਲਾ ਰਿਹਾ। ਬਿਲਕੁਲ, ਸਾਡੇ ਨਾਲ ਮੈਡਮ ਜੀ ਅਮਨਦੀਪ ਕੌਰ ਗੱਲ ਕਰਾਂਗੇ ਕਿ ਮੋਗਾ ਦੇ ਪ੍ਰਤਾਪ ਰੋਡ ਤੇ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ। ਮੈਡਮ, ਰੋਡ ਸ਼ੋਅ ਕਿੱਦਾਂ ਜਾ ਰਹੇ ਹੋ? ਭਗਵੰਤ ਮਾਨ ਸਾਹਿਬ ਪਹੁੰਚ ਰਹੇ ਨੇ, ਕੀ ਕਹੋਗੇ? ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਲੋਕ ਸਭਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਰੰਗੋਲ ਜੀ ਦੇ ਹੱਕ 'ਚ ਰੋਡ ਸ਼ੋਅ ਕਰਨ ਲਈ ਪਹੁੰਚ ਰਹੇ ਆ। ਮੇਰੇ ਕੋਲ ਸ਼ਬਦ ਨਹੀਂ, ਮੈਂ ਕਿਹੜਾ ਸ਼ਬਦਾਂ ਦੇ ਨਾਲ ਸਾਡੇ ਮੋਗਾ ਹਲਕੇ ਦੇ, ਸਾਡੇ ਮੋਗਾ ਜ਼ਿਲ੍ਹਾ ਦੇ ਨਿਵਾਸੀਆਂ ਦਾ ਧੰਨਵਾਦ ਕਰਾਂ ਕਿ ਐਡੀ ਭਾਰੀ ਗਿਣਤੀ ਦੇ ਵਿੱਚ ਅੱਜ ਜੋ ਇਹ ਪਹੁੰਚੇ ਆ ਇੱਥੇ,
ਸੋ ਇਹ ਪਿਆਰ ਸਾਥ ਦੱਸ ਰਿਹਾ ਕਿ ਇਸ ਵਾਰ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਔਰ ਲੋਕ ਸਭਾ ਫਰੀਦਕੋਟ ਤੋਂ ਅਸੀਂ ਬਹੁਤ ਵੱਡੀ ਭਾਰੀ ਲੀਡ ਦੇ ਨਾਲ ਜਿਹੜੀ ਇਹ ਸੀਟ ਜਿੱਤ ਰਹੇ ਹਾਂ। ਰੋਡ ਸ਼ੋ ਜਿਹੜਾ ਪ੍ਰਤਾਪਗੜ੍ਹ ਤੇ ਕਿੱਡਾ ਹੈਗਾ, ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ। ਬਿਲਕੁਲ ਜੀ, ਸਾਡੇ ਕੋਲ ਸ਼ਬਦ ਨਹੀਂ ਕਿ ਕਿਵੇਂ ਸ਼ਬਦਾਂ ਨਾਲ ਇਹਨਾਂ ਵੀਰਾਂ ਦਾ, ਇਹਨਾਂ ਭੈਣਾਂ ਦਾ ਧੰਨਵਾਦ ਕਰੀਏ ਜੋ ਹਮੇਸ਼ਾ ਸਾਡੇ ਢਾਲ ਬਣ ਕੇ ਸਾਡੀ ਸਪੋਰਟ ਕਰਦੇ ਆ ਔਰ ਇਹ 2 ਸਾਲਾਂ ਦੇ ਕੰਮ ਜਿਤਾ ਰਹੇ ਆ ਮਾਨ ਸਾਹਿਬ ਦੇ ਕਿ ਲੋਕੀ ਕਿੰਨੇ ਖੁਸ਼ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਔਰ ਮਾਨ ਸਾਹਿਬ ਨੇ ਜੋ ਫੈਸਲੇ ਸਾਡੇ ਪੰਜਾਬ ਲਈ ਕੀਤੇ ਆ ਉਹ ਇਹ ਗਵਾਹੀ ਭਰ ਰਹੇ ਆ ਅੱਜ ਇਹ ਲੋਕ ਸਾਡੇ। ਇੱਕ ਪਾਸੇ ਜਿੱਥੇ ਭਗਵੰਤ ਮਾਨ ਸਾਹਿਬ ਪਹੁੰਚ ਰਹੇ ਇੰਨਾ ਵੱਡਾ ਇਕੱਠ ਹੋ ਰਿਹਾ ਔਰ ਦੂਜੇ ਪਾਸੇ ਹੰਸਰਾਜ ਜਿੱਥੇ ਪਹੁੰਚਦੇ ਆ ਵਿਰੋਧ ਵੀ ਹੁੰਦਾ ਕਿਸਾਨਾਂ ਦਾ। ਦੇਖੋ ਜੀ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਿਰਫ 2 ਸਾਲ ਹੋਏ ਆ ਤੇ ਇਹਨਾਂ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਹੀ ਅਸੀਂ ਆਪਣੀ ਵੋਟਾਂ ਦੀ ਅਪੀਲ ਕਰ ਰਹੇ ਹਾਂ। ਸਾਡੀ ਸਰਕਾਰ ਦੇ ਵਿਧਾਨ ਸਭਾ ਦੇ ਅਨੁਸਾਰ ਵੋਟ ਪਏ ਆ। ਇਹਨਾਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਰਕਾਰ ਜਿਹੜੇ ਕੰਮ ਕਰੇਗੀ ਸੋ ਉਸ ਤੋਂ ਵੀ ਵੱਧ ਚੜ੍ਹ ਕੇ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਸਾਡੇ ਰੋਡ ਸ਼ੋਅ ਦੇ ਨਾਲ ਜਿੰਨਾ ਵਿਧਾਨ ਸਭਾ ਟਾਈ ਹੋ ਗਿਆ ਸੀ ਉਸ ਤੋਂ ਵੱਧ ਕੇ ਅੱਜ ਸਾਡੇ ਵੀਰਾਂ ਸਾਡੇ ਭੈਣ ਉੱਥੇ ਪਹੁੰਚੇ ਆ। ਸੋ ਇਹ ਦੱਸ ਰਹੇ ਹਾਂ ਕਿ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਲੋਕ ਹਿੱਤ ਦੇ ਵਿੱਚ ਕੰਮ ਕਰ ਰਹੀ ਹੈ ਔਰ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਦੇ ਉਹਨਾਂ ਦੇ ਪਿਆਰ ਤੇ ਸਦਕਾ ਚ ਇਹ ਸਾਰਾ ਅਪੀਲ ਕੀ ਕਰੋਗੇ ਲੋਕਾਂ ਨੂੰ ਅਪੀਲ ਕੀ ਕਰੋਗੇ? ਮੈਂ ਇਹੀ ਅਪੀਲ ਕਰਦੀ ਹਾਂ ਜੀ ਕਿ ਤੁਸੀਂ ਬਹੁਤ ਸਾਥ ਦਿੱਤਾ ਸਾਡਾ ਔਰ ਆਉਣ ਵਾਲੀ 1 ਜੂਨ ਨੂੰ ਵੱਧ ਤੋਂ ਵੱਧ ਚੱਲ ਨੂੰ ਵੋਟਾਂ ਪਾ ਕੇ ਅਸੀਂ ਮਾਨ ਸਾਹਿਬ ਦਾ ਮਾਨ ਵਧਾਈਏ ਤੇ ਕਰਮਜੀਤ ਅਨਮੋਲ ਜੀ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਹਾਊਸ ਵਿੱਚ ਸਾਰੀਆਂ ਪੰਜਾਬ ਦੀਆਂ 13 ਲੋਕ ਸੀਟਾਂ ਲੋਕ ਸਭਾ ਸੀਟਾਂ ਜਿੱਤੀਆਂ ਅਸੀਂ ਮਾਨ ਸਾਹਿਬ ਦੀ ਚੋਰੀ ਅਰਵਿੰਦ ਸਰ ਦੀ ਚੋਰੀ। ਥੈਂਕ ਯੂ ਜੀ। ਇਹ ਸੀ ਸਾਡੇ ਨਾਲ ਜਿਹੜੇ ਸਾਰੇ ਵਿਧਾਇਕ ਜਿਹੜੇ ਚਾਹੇ ਧਰਮਕੋਟ ਦੇ ਚਾਹੇ ਮਾਨਸਿੰਘ ਵਾਲੇ ਦੇ ਚਾਹੇ ਰੋਡ ਸ਼ੋਅ ਦੇ ਵਿੱਚ ਪਹੁੰਚੇ ਹੋ, ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਜੀ, ਬੜਾ ਭਰਮਾਂ ਭਾਰਾਂ ਦਾ ਪਤਾ ਜੀ ਨੇ ਪਰਮਜੀਤ ਅਨਮੋਲ ਨੂੰ ਵੱਡੀ ਭੀੜ ਵਿੱਚ ਦਵਾਂਗੇ ਮੌਕੇ ਨੂੰ ਵੱਧ ਤੋਂ ਵੱਧ ਬੋਰ ਅੱਗੇ ਨਾਲੇ ਵੱਧ ਤੋਂ ਵੱਧ। ਬਿਲਕੁਲ, ਇਹ ਜਿਹੜਾ ਲੋਕਾਂ ਦਾ ਉਤਸ਼ਾਹ ਹੈ